ਗੁੱਡ ਮਾਰਨਿੰਗ ਟੂ ਆਲ ਆਫ ਯੂ ਮਾਈ ਨੇਮ ਇਜ਼ ਜੋ ਬੰਜੀਤ ਕੌਰ ਮੈਂ ਅਜ਼ਨਾਲਾ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਅਜ਼ਨਾਲਾ ਬੋਇਸ ਤੋਂ ਬੋਲ ਰਹੀ ਹਾਂ ਮੈਂ ਅਪੈਰਲ ਦੀ ਟੀਚਰ ਤੇ ਸੇਵਾ ਕਾਰਨੀ ਹਾਂ ਸਕੂਲ ਦੇ ਵਿੱਚ ਮੈਂ ਅੱਜ ਮੇਰਾ ਟਾਪਿਕ ਹੈ ਸਵਿੰਗ ਮਸ਼ੀਨ ਆਪਰੇਟਰ ਵਿਦ ਸੇਫਟੀ ਟੂਲਸ ਸਵਿੰਗ ਮਸ਼ੀਨ ਆਪਰੇਟਰ ਮੀਨਸ ਆਪਾਂ ਦੇਖਦੇ ਹਾਂ ਕਿ ਅੱਜ ਕੱਲ ਮਾਡਲਸ ਜਿਹੜੇ ਆ ਮਸ਼ੀਨਸ ਦੇ ਕਾਫੀ ਤਰ੍ਹਾਂ ਦੇ ਆ ਗਏ ਨੇ ਮਸ਼ੀਨਸ ਮਾਰਕੀਟਸ ਦੇ ਵਿੱਚ ਕਾਫੀ ਤਰ੍ਹਾਂ ਦੀਆਂ ਅਵੇਲੇਬਲ ਨੇ ਜਿਵੇਂ ਮੈਂ ਸੋਈ ਮਸ਼ੀਨ ਆਪਰੇਟਰ ਵਿੱਚ ਮੈਂ ਤੁਹਾਨੂੰ ਦੱਸ ਰਹੀਆਂ ਇਕਵਿਪਮੈਂਟ ਟੂਲਸ ਜਿਵੇਂ ਕੰਸਟਰਕਸ਼ਨ ਦੇ ਆਪਰੇਟਰ ਸਿਮਿਲਰ ਨੇ ਡੈਕੋਰੇਟਿਵ ਸਟਿਚਸ ਮਸ਼ੀਨ ਨੇ ਬੁਟੀਕ ਦੇ ਅਕੋਰਡਿੰਗ ਜਿਹੜੇ ਬਟਨਸ ਹਾਲ ਨੇ ਫਿਨਿਸ਼ਿੰਗ ਹੈਮਿੰਗ ਔਰ ਤੁਸੀਂ ਦੇਖਿਆ ਹੈਗਾ ਨਾਰਮਲੀ ਬੁਟੀਕ ਦੇ ਵਿੱਚ ਵੀ ਜਿਹੜੀਆਂ ਮਸ਼ੀਨਸ ਪਈਆਂ ਹੁੰਦੀਆਂ ਨੇ ਇੰਟਰਲੋਕਿੰਗ ਮਸ਼ੀਨਸ ਹੁੰਦੀਆਂ ਨੇ ਜੋ ਪਹਿਲੇ ਜਾਤਾ ਜਿਹੜੀਆਂ ਸੀ ਉਹ ਇੰਡਸਟਰੀ ਲੈਵਲ ਦੇ ਵਿੱਚ ਯੂਜ਼ ਕੀਤੀਆਂ ਜਾਂਦੀਆਂ ਸੀ ਉਹ ਹੁਣ ਨਾਰਮਲੀ ਆਪਾਂ ਦੇਖਦੇ ਆਂ ਕਿ ਆਪਾਂ ਨੂੰ ਉਹ ਕਰਨ ਨੂੰ ਮਿਲ ਜਾਂਦੀ ਐ ਪੀਕੋ ਵੀ ਹੋਗੀ ਇੰਟਰਲੋਕਿੰਗ ਮਸ਼ੀਨ ਹੋਗੀ ਏਮਬਰਾਇਡਰੀ ਮਸ਼ੀਨਸ ਹੋਗੀ ਔਰ ਜੋ ਹੈਵੀ ਮਸ਼ੀਨਸ ਨੇ ਬਟਨਹਾਲ ਮਸ਼ੀਨਸ ਇਹ ਡੈਕੋਰੇਟਿਵ ਮਸ਼ੀਨਸ ਇਹ ਤੁਹਾਨੂੰ ਸਿਰਫ ਮਿਲਣਗੀਆਂ ਇੰਡਸਟਰੀ ਲੈਵਲ ਦੇ ਉੱਪਰ ਸਿੰਗਲ ਨੀਡਲ ਲੌਕ ਸਟੀਚ ਮਸ਼ੀਨ ਇਹ ਸਵੀ ਮਸ਼ੀਨ ਦੇ ਵਿੱਚ ਦੋ ਤਰ੍ਹਾਂ ਦੇ ਥ्रेड ਚੱਲਦੇ ਨੇ ਜੋ ਕਿ ਤੁਹਾਨੂੰ ਪਿਕਚਰ ਦੇ ਵਿੱਚ ਦਿਖਾਇਆ ਜਾ ਰਿਹਾ ਇੱਕ ਬੋਬਿਨ ਦੇ ਵਿੱਚ ਥ्रेड ਆ ਔਰ ਇੱਕ ਅਪਰ ਸਟਰੈਡ ਆ ਇਹ ਦੋ ਥ्रेड ਕੰਮ ਕਰਦੇ ਨੇ ਜਦੋਂ ਆਪਾਂ ਕੋਈ ਸੂਟ ਕੋਈ ਗਾਰਮੈਂਟ ਸਟੀਚ ਕਰਦੇ ਆ ਸ਼ਰਟ スニーカーਸ ਸੋ ਇਸੈਟਰਾਸ ਬੱਚੇ ਜਿਵੇਂ ਤੁਸੀਂ ਦੇਖਦੇ ਹੋ ਸਾਰੇ ਕਿ ਆਪਾਂ ਨਾਰਮਲੀ ਤੌਰ ਤੇ ਸੂਟ ਸਟਿਚ ਕਰਨ ਵਾਸਤੇ ਕਾਫੀ ਤਰ੍ਹਾਂ ਦੀਆਂ ਮਸ਼ੀਨਸ ਦੀਆਂ ਕੰਪਨੀਆਂਜ਼ ਨੇ ਯੂਕੀਆ ਉਸ਼ਾਇਆ ਇਸੈਟਰਾ ਔਰ ਕਾਫੀ ਹੈਵੀ ਮਸ਼ੀਨਸ ਜਿਹੜੀਆਂ ਨੇ ਇਹ ਆਪਾਂ ਨੂੰ ਇੰਡਸਟਰੀ ਦੇ ਵਿੱਚ ਯੂਜ਼ ਕਰਨ ਨੂੰ ਮਿਲਦੀਆਂ ਨੇ ਘਰਾਂ ਵਿੱਚ ਆਪਾਂ ਨਾਰਮਲੀ ਸਿੰਗਰ ਨੀਡਲ ਲੌਕ ਸਟਿਚ ਮਸ਼ੀਨ ਯੂਜ਼ ਕਰਦੇ ਆ ਜਿਹਦੇ ਵਿੱਚ ਦੋ ਤਰ੍ਹਾਂ ਦੇ ਧਾਗੇ ਕੰਮ ਕਰਦੇ ਆ ਔਰ ਇੱਕ ਨਾਰਮਲੀ ਆਪਾਂ ਹਰ ਇੱਕ ਇੱਕ ਹਰ ਘਰ ਦੀ ਜ਼ਰੂਰਤ ਆਏ ਸਲਾਈ ਮਸ਼ੀਨ ਔਰ ਇਹ ਤਿੰਨ ਤਰ੍ਹਾਂ ਦੀ ਹੁੰਦੀ ਆ ਇੱਕ ਹੱਥ ਨਾਲ ਚੱਲਦੀ ਆ ਇੱਕ ਪੈਰਾਂ ਨਾਲ ਇੱਕ ਬਿਜਲੀ ਨਾਲ ਔਰ ਇਹ ਨਾਰਮਲੀ ਤਿੰਨ ਤਰ੍ਹਾਂ ਦੀਆਂ ਮਸ਼ੀਨਸ ਨੇ ਔਰ ਜੇ ਤੁਸੀਂ ਨਾਰਮਲੀ ਦੇਖੋਗੇ ਤਾਂ ਮਸ਼ੀਨਸ ਦੀਆਂ ਬਹੁਤ ਜ਼ਿਆਦਾ ਵੈਰਾਈਟੀਆਂ ਨੇ ਉਹ ਹੈਗੀਆਂ ਨੇ ਇੰਡਸਟਰੀ ਲੈਵਲ ਤੇ ਕਿਉਂਕਿ ਉਹ ਮਾਸ ਪ੍ਰੋਡਕਸ਼ਨ ਹੁੰਦੀ ਆ ਉੱਥੇ ਫੈਬਰਿਕ ਜੋ ਬਹੁਤ ਕੁਆਂਟੀਟੀ ਦੇ ਵਿੱਚ ਹੁੰਦੇ ਆ ਇੱਕ ਆਰਡਰ ਦੇ ਕਾਲਿੰਗ ਪਲੇਸ ਸਾਰਾ ਬੰਦ ਆ ਆ ਔਰ ਜੋ ਅਸੀਂ ਯੂਜ਼ ਕਰਨਾ ਹੋ ਜਸਟ ਇੱਕ ਸੂ ਸਟਿਚ ਹੋ ਗਿਆ ਔਰ ਨਾਰਮਲੀ ਦੋ ਤਿੰਨ ਦਾ ਹੋ ਗਿਆ ਬਸ ਜਸਟ ਉਹ ਵੀ ਆਪਾਂ ਕੋਈ ਹਫਤੇ ਚ ਇੱਕ ਅਦਾ ਸੂ ਸਟਿਚ ਹੋ ਜਾਂਦਾ ਬੁਟੀਕਸ ਦਾ ਤਾਂ ਡੇਲੀ ਹੁੰਦਾ ਹੈ ਲੇਕਿਨ ਇੰਡਸਟਰੀ ਲੈਵਲ ਆ ਉਹਦੇ ਵਿੱਚ ਜੋ ਆਪਾਂ ਮਾਸ ਪ੍ਰੋਡਕਸ਼ਨ ਦੇ ਉੱਪਰ ਕੰਮ ਹੁੰਦਾ ਆ ਬਹੁਤ ਜ਼ਿਆਦਾ ਆਰਡਰ ਜਿਹਦੇ ਵਿੱਚ ਲਿਆ ਜਾਂਦਾ ਆ ਔਰ ਇਸ ਤੋਂ ਬਾਅਦ ਸਾਡਾ ਗਿਆ ਵਾਟ ਇਜ਼ ਲੌਕ ਸਟਿਚ ਯੂਜ਼ਡ ਫੋਰ ਲੌਕ ਸਟੀਚ ਮਤਲਬ ਕੋਈ ਵੀ ਜਦੋਂ ਆਪਾਂ ਇੱਕ ਬੈਕ ਸਟੀਚ ਕਰਕੇ ਆਪਾਂ ਲੌਕ ਕਰਦੇ ਆ ਕੋਈ ਸਟੀਚ ਆਪਾਂ ਯੂਜ਼ ਕਰਨਾ ਆ ਇਹਨੂੰ ਮੀਨਸ ਕਿ ਜਦੋਂ ਆਪਾਂ گارਮੈਂਟ ਸਟੀਚ ਕਰਦੇ ਪਏ ਆ ਸਾਰੇ ਜਾਣੇ ਜਦੋਂ ਅਸੀਂ گارਮੈਂਟ ਸਟੀਚ ਕਰਦੇ ਆ ਉਹਨੂੰ ਆਪਾਂ ਐਜਸ ਦੇ ਉੱਪਰ ਨਹੀਂ ਛੱਡਾਂਗੇ ਕਿਉਂਕਿ ਨਾਰਮਲੀ ਜਦੋਂ ਆਪਾਂ ਐਜਸ ਦੇ ਉੱਪਰ ਉਹਨੂੰ ਚੀਜ਼ ਨੂੰ ਛੱਡਦੇ ਆ ਉਹ ਉਧੜ ਜਾਂਦਾ ਆ ਉੱਧੜ ਜਾਂਦਾ ਜਿਹਨੂੰ ਪੰਜਾਬੀ 'ਚ ਆਪਾਂ ਬੋਲਦੇ ਉਧੜ ਜਾਣਾ ਇਸ ਕਰਕੇ ਉਸਨੂੰ ਆਪਾਂ ਲੌਕ ਕਰਾਂਗੇ ਲੌਕ ਆਪੇ ਕਿਸ ਤਰ੍ਹਾਂ ਕਰ ਸਕਦੇ ਆ ਮਸ਼ੀਨ ਨੂੰ ਆਪਾਂ ਡਬਲ ਵਾਰੀ ਯੂਜ਼ ਕਰਾਂਗੇ ਆਪਾਂ ਪਹਿਲੇ ਸਟੀਚ ਕਰਦੇ ਆ ਸਿੰਗਲ ਲਾਈਨ ਉਹਦੇ ਉੱਪਰ ਫਿਰ ਆਪਾਂ ਡਬਲ ਕਰਦੇ ਆ ਉਹ ਲੌਕ ਸਟੀਚ ਹੋ ਜਾਂਦਾ ਹੈ ਪ੍ਰੋਪਰ ਇੱਕ ਵਾਰੀ ਸਟੀਚ ਰੌਕ ਹੋ ਜਾਂਦਾ ਹੈ ਔਰ ਇਹ ਫੈਬਰਿਕ ਦੇ ਜਿਹੜੇ ਆ ਪਾਸ ਦੋਨਾਂ ਸਾਈਡਾਂ ਤੋਂ ਉੱਪਰ ਥੱਲੇ ਹੁੰਦਾ ਹੈ ਜਿਹੜਾ ਕਿ ਫੈਬਰਿਕ ਦੇ ਉੱਪਰ ਚੱਲਦਾ ਹੈ ਉਸ ਤੋਂ ਆ ਗਿਆ ਵਿਚ ਸਟਿਚਸ ਇਜ਼ ਦਾ ਸਟਰੋਂਗੇਸਟ ਸਟਰੋਂਗੇਸਟ ਸਟਿਚ ਮੀਨਸ ਜਿਹੜਾ ਸਭ ਤੋਂ ਸਟਰੋਂਗ ਸਟੀਚ ਹੁੰਦਾ ਆ ਆਪਾਂ ਜੀਨਸ ਦੇ ਉੱਪਰ ਵੇਖਦੇ ਆ ਡੈਨਿਮ ਦੇ ਉੱਪਰ ਜਿਹੜਾ ਸਟੀਚ ਯੂਜ਼ ਹੁੰਦਾ ਆ ਉਹ ਸਾਡਾ ਸਟਰੋਂਗ ਸਟੀਚ ਯੂਜ਼ ਹੁੰਦਾ ਹੈ ਜੈਕਟਸ ਦੇ ਉੱਪਰ ਸ਼ੂਜ਼ ਦੇ ਉੱਪਰ ਲੈਦਰ ਦੇ ਉੱਪਰ ਔਰ ਡੈਨਿਮ ਦੇ ਉੱਪਰ ਜੋ ਸਾਡੇ ਯੂਜ਼ ਹੁੰਦੇ ਆ ਉਹ ਹੈਗੇ ਆ ਸਟਰੋਂਗ ਸਟੀਚਰ ਅਗਰ ਇਹ ਸਟੀਚ ਜਿਹੜੇ ਆ ਆਪਾਂ ਨਾਰਮਲੀ ਇੱਕ ਸਿੰਗਲ ਨਹੀਂ ਯੂਜ਼ ਹੋ ਸਕਦੇ ਕਿਉਂਕਿ ਇਹ ਕਾਫੀ ਜਲਦੀ ਦਾ ਇਹ ਉੱਡੜ ਜਾਂਦੇ ਆ ਇਹਨਾਂ ਵਾਸਤੇ ਸਾਨੂੰ ਸਟਰੋਂਗ ਸਟੀਚ ਦੀ ਜ਼ਰੂਰਤ ਪੈਂਦੀ ਆ ਕਿਉਂਕਿ ਕਿਉਂਕਿ ਫੈਬਰਿਕ ਵੀ ਹੈਵੀ ਹੋਏਗਾ ਫੈ布ਰਿਕ ਹੈ ਵੀ ਹੋਣ ਦੇ ਨਾਲ-ਨਾਲ ਸਾਨੂੰ ਇਹਦੇ ਉੱਪਰ ਸਟਰੋਂਗ ਸਟੀਚ ਦੀ ਵੀ ਯੂਜ਼ড ਪੈਂਦੀ ਆ ਕਿਉਂਕਿ ਆਪਾਂ ਨਾਰਮਲੀ ਜਿਹੜਾ ਸਾਡੀ ਸਲਾਈ ਮਸ਼ੀਨ ਜਿਹੜੀ ਆ ਸਿੰਗਲ ਨੀਡਲ ਲੌਕ ਸਟੀਚ ਮਸ਼ੀਨ ਆ ਇਹਦੇ ਉੱਪਰ ਆਪਾਂ ਕੀ ਕਰਦੇ ਆ ਕਿ ਆਪਾਂ ਇੱਕ ਨਾਰਮਲੀ ਨੀਡਲ ਜਿਹੜੀ ਆਪਣੀ ਇੱਕ ਰੀਲ ਆ ਥ्रेड ਜਿਹੜਾ ਯੂਜ਼ ਹੋ ਰਿਹਾ ਹੈ ਨਾ ਯਾਰ ਤੁਸੀਂ ਯੂਜ਼ ਕਰ ਦਿਜੀਏ ਉਹ ਹਲਕਾ ਹੁੰਦਾ ਆ ਜਸਟ ਈ ਨਹੀਂ ਆ ਕਿ ਉਹ ਮਤਲਬ ਉੱਜਲਦੀ ਉੱਧਰ ਜਾਏਗਾ ਲੇਕਿਨ ਉਹਨੂੰ ਜੇ ਤੁਸੀਂ ਇੱਕ ਸੀਮ ਲਿਪਰ ਦੇ ਨਾਲ ਤੁਸੀਂ ਉਹਦੇੜੋਗੇ ਜਲਦੀ ਉੱਪਰ ਜਾਏਗਾ ਲੇਕਿਨ ਇਹਨੂੰ ਜਦੋਂ ਤੁਸੀਂ ਆਪਾਂ ਇੱਕ ਸਟਰੋਂਗ ਜਿਹੜਾ ਆਪਾਂ ਸਟਿਚ ਯੂਜ਼ ਕਰਦੇ ਆ ਉਹਨੂੰ ਜਦੋਂ ਤੁਸੀਂ ਬਹੁਤ ਜ਼ੋਰ ਲਗਾ ਕੇ ਕਰੋਗੇ ਤਾਂ ਉਹ ਚੀਜ਼ ਫੇਰ ਹੁੰਦੀ ਆ ਨਾਰਮਲੀ ਤੁਸੀਂ ਹੱਥ ਨਾਲ ਉਹ ਥ੍ਰੈਡ ਨੂੰ ਨਹੀਂ ਕੱਟ ਸਕਦੇ ਉਸ ਚੀਜ਼ ਨੂੰ ਤੁਸੀਂ ਸੀਮ ਲਿਪਰ ਦੇ ਨਾਲ ਯੂਜ਼ ਕਰ ਸਕਦੇ ਜੇ ਔਰ ਇਹ ਚੀਜ਼ ਜਿਹੜੀ ਆ ਯੂਜ਼ਡ ਹੁੰਦੀ ਆ ਪਰਸ ਜਿਹੜੇ ਆ ਉਹ ਵੀ ਇਸ ਸਟਰੋਂਗ ਸਟਿਚ ਦੇ ਨਾਲ ਬੰਦੇ ਨੇ ਇਹ ਥ੍ਰੈਡ ਸਟਰੋਂਗ ਹੁੰਦੇ ਨੇ ਇਸ ਦੇ ਵਿੱਚ ਜਿਹੜਾ ਮਤਲਬ ਥ੍ਰੈਡ ਜਿਹੜਾ ਆ ਇੱਕ ਨਾਰਮਲ ਥ੍ਰੈਡ ਨਹੀਂ ਹੋਏਗਾ कॉटन ਥ੍ਰੈਡ ਨਹੀਂ ਯੂਜ਼ ਕੀਤਾ ਜਾਂਦਾ ਕਿਉਂਕਿ कॉटन ਥ੍ਰੈਡ ਜਿਹੜਾ ਹੁੰਦਾ ਹੈ ਇਹ ਜਲਦੀ ਤਰੇ ਨਾਲ ਕੱਟਿਆ ਜਾਂਦਾ ਟੁੱਟ ਜਾਂਦਾ ਹੈ ਲੇਕਿਨ ਇਹਦੇ ਵਾਸਤੇ ਸਾਨੂੰ ਥੋੜੇ ਨਾਈਲਨ ਪੋਲੀਐਸਟਰ ਥ੍ਰੈਡ ਜਿਹੜੇ ਆ ਉਹ ਯੂਜ਼ ਕਰਨੇ ਪੈਂਦੇ ਸਿੰਥੈਟਿਕ ਥ੍ਰੈਡ ਯੂਜ਼ ਕਰਨੇ ਪੈਂਦੇ ਆ ਮਿਕਸ ਥ੍ਰੈਡਸ ਯੂਜ਼ ਕਰਨੇ ਪੈਂਦੇ ਕੈਮੀਕਲ ਥ੍ਰੈਡਸ ਔਰ ਜਿਹਦੇ ਕਾਰਨ ਇਹ ਚੀਜ਼ ਨੂੰ ਆਪਾਂ ਬਿਲਕੁਲ ਪੂਰਾ ਟਾਈਟ ਰੱਖ ਸਕਦੇ ਹਾਂ ਟਾਈਟ ਹੋ ਸਕਦੇ ਆ ਡੈਨਿਮ ਦੇ ਉੱਪਰ ਤੁਹਾਨੂੰ ਪਿਕਚਰ ਚ ਦਿਖਾਇਆ ਗਿਆ ਕਿ ਡੈਨਿਮ ਦੇ ਉੱਪਰ ਅਸੀਂ ਜਿਹੜਾ ਆ ਇਸ ਸਟਰੋਂਗ ਸਟਿਚ ਯੂਜ਼ ਕੀਤਾ ਹੈ ਡੈਨਿਮ ਦੇ ਉੱਪਰ ਆਪਾਂ ਜਲਦੀ ਤਰੀਕੇ ਨਾਲ ਨੀਡਲ ਨਹੀਂ ਚਲਾ ਸਕਦੇ ਇਹ ਵੀ ਅਕੋਰਡਿੰਗ ਟੂ ਸਾਰਾ ਹੁੰਦਾ ਵੀ ਕਿਸ ਤਰ੍ਹਾਂ ਥਰਾ ਥ्रेड ਹੋਏਗਾ ਔਰ ਕਿਵੇਂ ਦੀ ਤੁਹਾਡੀ ਨੀਡਲ ਹੋਏਗੀ ਨੈਕਸਟ ਆ ਸਾਡਾ ਵਾਟ ਆਰ ਦਾ ਬੈਸਟ ਇੰਡਸਟਰੀਅਲ ਸਵਿੰਗ ਮਸ਼ੀਨ ਇੰਡਸਟਰੀਅਲ ਲੈਵਲ ਦੇ ਵਿੱਚ ਸਵਿੰਗ ਮਸ਼ੀਨ ਕਿਸ ਤਰ੍ਹਾਂ ਦੀਆਂ ਯੂਜ਼ ਕੀਤੀਆਂ ਜਾਂਦੀਆਂ ਨੇ ਇਹਦੇ ਵਿੱਚ ਆਪਾਂ ਜਿਹੜੀਆਂ ਯੂਕੇ ਮਸ਼ੀਨਸ ਹੈਗੀਆਂ ਨੇ ਇਹਦਾ 8700 ਸਟ੍ਰੇਟ ਸਟੀਚ ਮਤਲਬ ਇਹ ਇਹਨਾਂ ਦੇ ਸਟਿਚਸ ਨੇ ਇਸ ਲੈਵਲ ਤੇ ਸੈੱਟ ਹੋਏ ਹੁੰਦੇ ਨੇ ਔਰ ਇਹਨਾਂ ਦੇ ਵਿੱਚ ਸਿੰਗਰ ਬ੍ਰਦਰ ਇਲੈਕਟ੍ਰੋਨਿਕ ਬ੍ਰਦਰ ਬ੍ਰਦਰ ਜਿਹੜੀ ਮਸ਼ੀਨ ਆ ਉਹਦੇ ਵਿੱਚ ਇਹਨਾਂ ਦੱਸਿਆ ਗਿਆ ਕਿ ਆਰਐਚ 9820 ਦੀ ਇਲੈਕਟ੍ਰੋਨਿਕ ਬਟਨ ਹਾਲ ਸਟੀਚ ਮਸ਼ੀਨ ਆ ਔਰ ਇਹ ਹੈਗੀਆਂ ਨੇ ਮਸ਼ੀਨਸ ਜਿਹੜੀਆਂ ਨੇ ਇਹ ਇੰਡਸਟਰੀਅਲ ਲੈਵਲ ਤੇ ਯੂਜ਼ ਹੁੰਦੀਆਂ ਨੇ ਨਾਰਮਲੀ ਇਹਨਾਂ ਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ ਅਗਰ ਤੁਸੀਂ ਇਹਨਾਂ ਨੂੰ ਯੂਜ਼ ਕਰੋਗੇ ਇਹ ਜਸਟ ਤੁਸੀਂ ਜਦੋਂ ਇੰਡਸਟਰੀ ਲੈਵਲ ਦੇ ਕੰਮ ਕਰਦੇ ਜੇ ਤੁਹਾਨੂੰ ਉੱਥੇ ਇਹ ਚੀਜ਼ ਦਾ ਬਹੁਤ ਈਜ਼ੀ ਹੁੰਦਾ ਚਲਾਉਣਾ ਘਰ ਵਿੱਚ ਤੁਸੀਂ ਇੱਕ ਨਾਰਮਲ ਜਿਹੜੀ ਮਸ਼ੀਨ ਯੂਜ਼ ਕਰਦੇ ਮੈਂ ਤੁਹਾਨੂੰ ਹੁਣੇ ਦੱਸੂਗੀ ਕਿ ਹਾਂ ਕਿ ਤਿੰਨ ਤਰ੍ਹਾਂ ਦੀਆਂ ਮਸ਼ੀਨ ਯੂਜ਼ ਕਰਦੇ ਹਾਂ ਜਿਹੜੀਆਂ ਆਪਾਂ ਨਾਰਮਲੀ ਯੂਜ਼ ਕਰਦੇ ਆ ਔਰ ਕਾਫੀ ਜਿਵੇਂ ਕਾਲਜ ਦੇ ਵਿੱਚ ਹੁਣ ਮਸ਼ੀਨਸ ਚੱਲੋਗੇ ਉਹਨਾਂ ਦੇ ਨੀਚੇ ਵੀ ਪੈਰ ਹੁੰਦਾ ਹੈ ਉਹ ਛੋਟੀ ਇਲੈਕਟ੍ਰੋਨਿਕ ਮਸ਼ੀਨਸ ਹੁੰਦੀਆਂ ਨੇ ਉਹ ਵੀ ਆਪਾਂ ਕੰਟਰੋਲ ਬਹੁਤ ਜਲਦੀ ਨਹੀਂ ਕਰ ਸਕਦੇ ਹੌਲੀ ਹੌਲੀ ਪ੍ਰੈਕਟਿਸ ਕਰਾਂਗੇ ਤਾਂ ਉਹ ਚੀਜ਼ ਸਾਡੇ ਕੋਲ ਯੂਜ਼ ਹੁੰਦੀ ਹੈ ਇਸੇ ਤਰ੍ਹਾਂ ਇੰਡਸਟਰੀ ਮਸ਼ੀਨਸ ਨੇ ਇਹ ਯੂਕੇ ਮਸ਼ੀਨਸ ਜਿਹੜੀਆਂ ਇਹ ਸਿਰਫ ਇੰਡਸਟਰੀ ਵਿੱਚ ਹੀ ਵਰਤੀਆਂ ਜਾਂਦੀਆਂ ਨੇ ਉੱਥੇ ਹੀ ਯੂਜ਼ ਹੁੰਦੀਆਂ ਨੇ ਕਿਉਂਕਿ ਉੱਥੇ ਮਾਸ ਪ੍ਰੋਡਕਸ਼ਨ ਜਿਹੜੇ ਕੁਆਂਟੀਟੀ ਜਿਹੜਾ ਤੁਹਾਨੂੰ ਕੋਈ ਆਰਡਰ ਆਉਣਾ ਹੈ ਬਹੁਤ ਜ਼ਿਆਦਾ ਆਰਡਰ ਆਉਣਾ ਹੈ ਜਿਵੇਂ ਲਾਈਕ ਤੁਹਾਨੂੰ 50 ਸ਼ਰਟਸ ਆ ਗਿਆ ਨੇ ਉਹ 50 ਸ਼ਰਟਸ ਜਿਹੜੀਆਂ ਨੇ ਉਹ ਸਾਰੀਆਂ ਜਿਹੜੀਆਂ ਆ ਉਹ ਤੁਸੀਂ ਇਹਨਾਂ ਮਸ਼ੀਨਾਂ ਦੇ ਉੱਪਰ ਸਟਿਚ ਕਰ ਸਕਦੇ ਜੇ ਔਰ ਉਹ ਤੁਹਾਨੂੰ ਸਿਰਫ ਇੱਕ ਸ਼ਰਟ ਨਹੀਂ ਦੇਣੀ ਸਟਿਚ ਕਰਨ ਨੂੰ ਉਹਨਾਂ ਨੇ ਸਮ ਪਾਰਟਸ ਦੇਨੇ ਆ ਤੁਹਾਨੂੰ ਸਟਿਚ ਕਰਨ ਵਾਸਤੇ ਜਿਵੇਂ ਤੁਹਾਨੂੰ ਪਾਕਟਸ ਦਿੱਤੀਆਂ ਇੱਕ ਲਾਈਨ ਨੂੰ ਪਾਕਟਸ ਦਿੱਤੀ ਇੱਕ ਲਾਈਨ ਨੂੰ ਕਾਲਰ ਦਿੱਤਾ ਇੱਕ ਲਾਈਨ ਨੂੰ ਕਫ ਦੇਤੇ ਇੱਕ ਲਾਈਨ ਨੂੰ 플ੈਕੇਟ ਦਿੱਤੀਆਂ ਉਹ ਉਹਨਾਂ ਨੇ ਉਹ ਰੈਡੀ ਕਰਨੀਆਂ ਸਭ ਨੇ ਉਹ ਚੀਜ਼ ਰੈਡੀ ਕਰਕੇ ਉਹ ਫਿਰ ਜਦੋਂ ਸਾਰਾ ਗਾਰਮੈਂਟਸ ਰੈਡੀ ਹੋ ਜਾਂਦਾ ਲਾਈਕ 플ੈਕੇਟ ਕਫ ਕਾਲਰ ਪਾਕਟਸ ਇਸ ਇਟਰਾ ਉਹ ਜਿਹੜੀ ਇੱਕ ਲਾਈਨ ਨੂੰ ਦਿੱਤੀ ਜਾਂਦੀ ਆ ਉਹ ਲਾਈਨ ਵਾਲੀ ਜਿਹੜੀ ਆ ਉਹਨਾਂ ਨੇ ਉਹ ਸਾਰਾ ਕੁਝ ਜਿਹੜਾ ਆ ਜਿੰਨਾ گارਮੈਂਟ ਆ ਉਹ ਅਟੈਚ ਕਰਕੇ ਫਾਈਨਲ ਸਟੀਚ ਕਰਨਾ ਫਿਰ ਉਹਦੀ ਪ੍ਰੋਡਕਸ਼ਨ ਕਿਵੇਂ ਹੋਣੀ ਹੋ ਉਹਦੀ ਚੈਕਿੰਗ ਹੋਣੀ ਆ ਕਿ ਇਸ ਫੈਬਰਿਕ ਥ्रेड ਕਿਵੇਂ ਦਾ ਆ ਇਹਦੀ ਫਿਨਿਸ਼ਿੰਗ ਕਿਵੇਂ ਦੀ ਆ ਇਸ ਸਾਰੀ ਚੀਜ਼ ਨੂੰ ਚੈੱਕ ਕੀਤਾ ਜਾਂਦਾ ਔਰ ਇਹ ਯੂਕੀ ਮਸ਼ੀਨਸ ਨੇ ਆ ਇਹ ਬਹੁਤ ਪਾਵਰਫੁਲ ਮਸ਼ੀਨਸ ਹੁੰਦੀਆਂ ਨੇ ਸਾਰੀਆਂ ਇਸ ਕਰਕੇ ਇਹਨਾਂ ਨੂੰ ਆਪਾਂ ਮੇਨਲੀ ਜਿਹੜਾ ਆ ਇੰਡਸਟਰੀ ਲੈਵਲ ਤੇ ਯੂਜ਼ ਕਰਦੇ ਆਂ ਹੁਣ ਸਾਡੇ ਆ ਗਿਆ ਡਿਫਰੈਂਟ ਟਾਈਪਸ ਆਫ ਮਸ਼ੀਨਸ ਸਾਡੀਆਂ ਮਸ਼ੀਨਸ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਮਸ਼ੀਨਸ ਨੇ ਉਹ ਕਿਹੜੀਆਂ ਮਸ਼ੀਨਸ ਨੇ ਫਰਸਟ ਆਫ ਆਲ ਆ ਨੋਨ ਸਵਿੰਗ ਮਸ਼ੀਨ ਨੋਨ ਸਵਿੰਗ ਮਸ਼ੀਨ ਜਿਹੜੀ ਆ ਇਹ ਮਸ਼ੀਨ ਜਦੋਂ ਆਪਾਂ ਯੂਜ਼ ਕਰਦੇ ਆ ਇਹਦੇ ਵਿੱਚ ਕਫ ਟਰਨਿੰਗ ਮਸ਼ੀਨ ਆ ਇਹਨੂੰ ਕਫ ਜਿਹੜਾ ਟਰਨ ਕਰਨਾ ਆ ਜਾਂ ਕੋਲਰ ਟਰਨ ਕਰਨਾ ਆ ਇਹ ਇਹ ਵਾਲੀਆਂ ਮਸ਼ੀਨਸ ਯੂਜ਼ ਕੀਤੀਆਂ ਜਾਂਦੀਆਂ ਨੇ ਇਹਦੇ ਵਿੱਚ ਟਰਨ ਕਰਨ ਵਾਲੀਆਂ ਮਸ਼ੀਨਸ ਵੀ ਹੈਗੀਆਂ ਨੇ ਦੀ ਆਪਾਂ ਕੀ ਕੀ ਇਹਦੇ ਵਿੱਚ ਕੋਲਰ ਟਰਨਿੰਗ ਮਸ਼ੀਨ ਆ ਜਾਂਦੀ ਹੈ ਨੋਨ ਸਵਿੰਗ ਮਸ਼ੀਨ ਮਤਲਬ ਕੋਲਰ ਟਰਨਿੰਗ ਮਸ਼ੀਨ ਇੱذੇ ਆਪਾਂ ਕੋਲਰ ਟਰਨ ਕਰਦੇ ਆ ਇਹਦੇ ਵਿੱਚ ਕੋਲਰ ਰੈਡੀ ਹੁੰਦਾ ਹੈ ਕਫ ਟਰਨਿੰਗ ਮਸ਼ੀਨ ਮਤਲਬ ਉਹਦੇ ਵਿੱਚ ਨਾਰਮਲੀ ਤਾਂ ਨਹੀਂ ਕਫ ਤੋਂ ਹੀ ਇੱਕ ਨੇਮ ਤੋਂ ਹੀ ਪਛਾਨ ਸਕਦੇ ਜੇ ਪਰ ਆਪਾਂ ਕਫ ਟਰਨ ਕਰਨ ਵਾਲੀ ਮਸ਼ੀਨ ਦਾ ਨਾਮ ਲੈ ਰਹੇ ਆ ਇਹਦੇ ਵਿੱਚ ਕਫ ਨੂੰ ਮੋੜਨਾ ਹੈ ਬਟਨ ਅਟੈਚ ਮਸ਼ੀਨ ਕਿਹੜੀ ਆ ਬਚਨ ਬਟਨ ਅਟੈਚ ਮਸ਼ੀਨ ਆ ਕਿ ਜਿਹੜੇ ਆਪਾਂ ਬਟਨ ਅਟੈਚ ਕਰਦੇ ਆ ਇਓ ਤੁਸੀਂ ਜਦੋਂ ਆ ਨਾਰਮਲੀ ਤੁਸੀਂ ਗਾਰਮੈਂਟ ਤਿਆਰ ਕਰਨਾ ਰੈਡੀ ਹੋਗਾ ਜਦੋਂ ਤੁਹਾਡਾ ਗਾਰਮੈਂਟ ਫਿਰ ਉਹ ਗਾਰਮੈਂਟਸ ਇਨਾਂ ਮਸ਼ੀਨਸ ਦੇ ਵੱਲ ਜਾਣਗੇ ਔਰ ਇਹ ਮਸ਼ੀਨਸ ਦੇ ਵੱਖਰੇ ਵੱਖਰੇ ਵਰਕਰਸ ਬੈਠੇ ਹੁੰਦੇ ਆ ਔਰ ਉਹ ਕੀ ਕਰਦੇ ਆ ਉਹਨਾਂ ਨੇ ਆਪਣਾ ਆਪਣਾ ਵੱਖਰਾ ਵੱਖਰਾ ਉਹਨਾਂ ਦਾ ਕੰਮ ਆ ਜਿਵੇਂ ਨੌਨ ਸਵੀ ਮਸ਼ੀਨ ਵਾਲਿਆਂ ਨੇ ਕੋਲਰ ਟਰਨ ਦਾ ਕਰਨਾ ਹੈ ਕਫ ਬਣਾਨੇ ਕਫ ਟਰਨ ਕਰਨਾ ਔਰ ਬਟਨ ਹਾਲ ਵਾਲਿਆਂ ਨੇ ਬਟਨਸ ਕਾਫੀ ਰੰਨਾ ਰੱਖੇ ਹੁੰਦੇ ਨੇ ਪਹਿਲਾਂ ਬਟਨ ਦੀ ਇੱਕ ਸਿਲੈਕਸ਼ਨ ਹੁੰਦੀ ਹੈ ਕਿ ਇਸ ਗਾਰਮੈਂਟ ਦੇ ਉੱਪਰ ਕਿਹੜਾ ਬਟਨ ਲੱਗੇਗਾ ਔਰ ਉਹ ਬਟਨ ਜਿਹੜਾ ਹੈ ਉਹ ਸਿਲੈਕਟ ਹੋ ਕੇ ਫਾਈਨਲ ਹੋ ਕੇ ਉਸ ਬਟਨ ਦੀ ਮਤਲਬ ਉਹ ਬਟਨ ਜਿਹੜਾ ਉਹ ਲੱਗਣਾ ਕਫ ਦੇ ਉੱਪਰ ਕੋਲਰ ਦੇ ਉੱਪਰ ਜਿਵੇਂ ਵੀ ਜੜਾ ਕਫ ਪਲੇਕਟ ਦੇ ਉੱਪਰ ਕੋਰਨਰ ਲੱਗੇਗਾ ਉਹ ਬਟਨ ਜਿਹੜਾ ਲੱਗਣਾ ਆ ਉਹ ਬਟਨ ਵੀ ਤੁਸੀਂ ਇੱਕ ਮਸ਼ੀਨ ਦੇ ਵਿੱਚ ਉਹਨੂੰ ਨਾਰਮਲੀ ਅਟੈਚ ਕੀਤਾ ਹੁੰਦਾ ਜਿੱਥੇ ਤੁਸੀਂ ਮਾਰਕ ਕਰ ਦਿੰਨਾ ਕਿ ਇਸ ਜਗ੍ਹਾ ਤੇ ਸਾਡਾ ਇਹ ਚੀਜ਼ ਸਾਡਾ ਬਟਨ ਲੱਗਣਾ ਚਾਹੀਦਾ ਉੱਥੇ ਉਹ ਮਸ਼ੀਨ ਨੇ ਸਮ ਸੈਕਿੰਡ ਦੇ ਵਿੱਚ ਤੁਹਾਡਾ ਬਟਨ ਲਗਾ ਦੇਣਾ ਬਟਨ ਹਾਲ ਮਸ਼ੀਨ ਕਸਟ ਆਪਾਂ ਦੇਖਦੇ ਸੀ ਪਹਿਲਾਂ ਕਿ ਅਸੀਂ ਘਰਾਂ ਵਿੱਚ ਨਾਰਮਲੀ ਆਪਾਂ ਹੱਥ ਨਾਲ ਬਟਨ ਹੌਲ ਕਰਦੇ ਹੁੰਦੇ ਸੀ ਹੱਥਾਂ ਨਾਲ ਬਟਨ ਲਗਾਉਂਦੇ ਸੀ ਬਟਨ ਹੌਲ ਕਰਨਾ ਫਿਰ ਸਾਈਡ ਤੋਂ ਚੇਨ ਸਟਿਚ ਦੇ ਨਾਲ ਫਿਨਿਸ਼ ਕਰਨਾ ਉਹ ਕਾਫੀ ਜ਼ਿਆਦਾ ਮਤਲਬ ਹੋ ਜਾਂਦਾ ਸੀ ਕੰਮ ਲੇਕਿਨ ਹੁਣ ਕੀ ਹੈ ਨਾਰਮਲੀ ਮਾਰਕੀਟ ਦੇ ਵਿੱਚ ਤੁਹਾਨੂੰ ਬਟਨ ਹੌਲ ਮਸ਼ੀਨਸ ਅਵੇਲੇਬਲ ਮਿਲ ਜਾਣਗੀਆਂ ਉਥੋਂ ਤੁਸੀਂ ਕੀ ਹੁਣ ਜਿਵੇਂ ਕਾਫੀ ਜ਼ਿਆਦਾ ਸਟਿਚਸ ਵਾਲੇ ਜਿਵੇਂ ਨਾਰਮਲੀ ਜਿੰਨੇ ਆਪਾਂ ਨੂੰ ਬੋਲ ਦਿੰਦੇ ਆ ਜਿਹੜੇ ਕੱਪੜੇ ਸਟਿਚ ਕਰਦੇ ਆ ਬੁਟੀਕਸ ਤੇ ਹੋਗੇ ਔਰ ਜੈਂਟਸ ਜਿਹੜੇ ਆ ਕੱਪੜੇ ਸਟਿਚ ਕਰਦੇ ਉਹ ਜਦੋਂ ਵੀ ਬਟਨ ਹੌਲ ਦਾ ਸਟਿਚ ਕਰਾਉਂਦੇ ਆ ਉਹ ਬਟਨ ਹੌਲ ਜਿਹੜਿਆ ਹੁਣ ਇੱਕ ਪਾਰਟਿਕੁਲੀ ਇੱਕ ਸ਼ਾਪ ਹੁੰਦੀ ਆ ਉੱਥੇ ਇੱਕ ਮਸ਼ੀਨ ਹੁੰਦੀ ਉਥੋਂ ਕਰਵਾ ਕੇ ਲੈਂਦੇ ਆ ਨਾਰਮਲੀ ਅਵੇਲੇਬਲ ਨਹੀਂ ਮਿਲੇਗੀ ਤੁਹਾਨੂੰ ਹਰ ਇੱਕ ਜਗ੍ਹਾ ਤੋਂ ਡੈਕੋਰੇਟਿਵ ਮਸ਼ੀਨ ਡੈਕੋਰੇਟਿਵ ਮਸ਼ੀਨ ਜਿਹੜੀ ਆ ਇਹ ਹੈਗੀ ਆ ਜਿਵੇਂ ਤੁਸੀਂ ਕਰੋਚਿੰਗ ਕਰਦੇ ਜੇ ਬਲੈਂਕਟ ਬਣਾਉਂਦੇ ਜੇ ਪਲੇਕਿਟਸ ਜਿਹੜੀਆਂ ਬਲੈਂਕਟਸ ਦੇ ਉੱਪਰ ਜਿਹੜੀ ਕਰੋਚਿੰਗ ਹੁੰਦੀ ਹੈ ਡਿਜ਼ਾਈਨ ਬੰਦੇ ਆ ਨਾਰਮਲੀ ਇਹ ਹੁਣ ਤੁਸੀਂ ਦੇਖੋਗੇ ਕਿ ਆਪਣੇ ਆਪਾਂ ਸੂਟ ਦੇ ਉੱਪਰ ਵੀ ਯੂਜ਼ ਕਰਦੇ ਆ ਜਾਂ نیچے ਗਲੇਸ ਪੇਪਰ ਲਗਾ ਕੇ ਉੱਪਰ ਕਰੋਚਿੰਗ ਕਰਦੇ ਆ ਕੁਸ਼ਨਸ ਕਵਰ ਬਣਾਉਣੇ ਕਰੋਚਿੰਗ ਕਰਕੇ ਇਹ ਸਾਰੀਆਂ ਡੈਕੋਰੇਟਿਵ ਮਸ਼ੀਨਸ ਹੁੰਦੀਆਂ ਇਹ ਕੰਮ ਸੜਾ ਆ ਡੈਕੋਰੇਟਿਵ ਮਸ਼ੀਨਸ ਦੇ ਨਾਲ ਹੁੰਦਾ ਹੈ ਚੇਨ ਸਟੀਚ ਮਸ਼ੀਨ ਚੇਨ ਸਟੀਚ ਮਸ਼ੀਨ ਜਿਹੜੀ ਆ ਇਹ ਆਪਾਂ ਜਦੋਂ ਕੋਈ ਇੰਟਰਲੋਕਿੰਗ ਵੀ ਕਰਾਉਣੀ ਹੋਵੇ ਚੇਨ ਬਣਦੀ ਹੈਗੀ ਆ ਔਰ ਚੇਨ ਸਟੀਚ ਮਸ਼ੀਨ ਜਿਹੜੀ ਆ ਇਹ ਤੁਸੀਂ ਨਾਰਮਲੀ ਯੂਜ਼ ਕਰਦੇ ਜਿਵੇਂ ਆ ਆਪਣਾ ਟਰੌਜ਼ਰ ਹੋ ਗਿਆ ਜਿਹਦੇ ਵਿੱਚ ਐਜਸ ਬਾਹਰ ਆਉਣੇ ਉਹਨਾਂ ਤੇ ਵੀ ਆਪਾਂ ਮਤਲਬ ਚੇਨ ਸਟੀਚ ਯੂਜ਼ ਕਰ ਸਕਦੇ ਇਹਨੂੰ ਡੈਕੂਏਟਿਵ ਵੀ ਯੂਜ਼ ਕਰ ਸਕਦੇ ਆ ਅਸੀਂ ਜਿਵੇਂ ਕੋਈ ਆਪਾਂ 쿠ਸ਼ਨ ਕਵਰ ਬਣਾਉਣੇ ਉਹਦੇ ਉੱਪਰ ਡਿਜ਼ਾਈਨ ਬਣਾਉਣੇ ਉਹਨਾਂ ਉੱਥੇ ਵੀ ਆਪਾਂ ਚੇਨ ਜਿਹੜੀ ਆ ਸਟੀਚ ਯੂਜ਼ ਕਰ ਸਕਦੇ ਆ ਨੈਕਸਟ ਆ ਗਿਆ ਆ ਪੋਸਟ ਬੈਡ ਮਸ਼ੀਨ ਇਹ ਵਹਣੀ ਪੋਸਟ ਬੈਡ ਮਸ਼ੀਨ ਆ ਇਹ ਜਸਟ ਕੀ ਬਣਾਉਂਦੀ ਆ ਲੈਦਰ ਪ੍ਰੋਡਕਟਸ ਸ਼ੂ ਸਟਿਚ ਕਰਦੀ ਆ ਲਾਈਕ ਤੁਸੀਂ ਪਰਸ ਵਗੈਰਾ ਬਣਾਉਂਦੇ ਆ ਲੈਦਰ ਦੇ ਪਰਸ ਲੈਦਰ ਦੀਆਂ ਜੈਕੇਟਸ ਔਰ ਸ਼ੂਜ਼ ਜਿਹੜੇ ਆ ਇਹ ਇਹ ਜਿਹੜੀ ਆ ਮਸ਼ੀਨ ਆ ਪੋਸਟ ਬੈਡ ਮਸ਼ੀਨ ਇਹ ਇਨਾ ਚੀਜ਼ਾਂ ਵਾਸਤੇ ਯੂਜ਼ ਕੀਤੀ ਜਾਂਦੀ ਆ ਸਿਲੰਡਰਿਕਲ ਮਸ਼ੀਨ ਜਿਹੜੀ ਆ ਇਹ ਹੈਗੀ ਆ ਬਟਨ ਅਟੈਚ ਬਾਅਡ ਟੇਕਿੰਗ ਬਟਨ ਹਾਲ ਮੇਕਿੰਗ ਮਾਲ ਇਹਦੇ ਵਿੱਚ ਤੁਹਾਡਾ ਸਾਰਾ ਹੀ ਕੁਝ ਆ ਜਾਏਗਾ ਬਟਨ ਅਟੈਚ ਜਿਹੜਾ ਕਰਨਾ ਬਟਨ ਹਾਲ ਕਰਨਾ ਹੈ ਟਿਚ ਬਟਨ ਲਗਾਣੇ ਆ ਵਾਟਐਵਰ ਜੋ ਵੀ ਆਪਾਂ ਕੰਮ ਕਰਨਾ ਸਿਲੰਡਰਿਕਲ ਮਸ਼ੀਨ ਦੇ ਵਿੱਚ ਸਾਰਾ ਕੰਮ ਹੋ ਜਾਂਦਾ ਹੈ ਨੈਕਸਟ ਹੈ ਸਾਡਾ ਸੇਫਟੀ ਗਾਈਡਲਾਈਨਸ ਸੇਫਟੀ ਗਾਈਡਲਾਈਨਸ ਹੈ ਯਾਨੀ ਜੋ ਸਾਡੀਆਂ ਇਹ ਸਭ ਤੋਂ ਫਰਸਟ ਆਫ ਆਲ ਆਪਾਂ ਬਹੁਤ ਕੰਮ ਕਰਦੇ ਆ ਜਿੰਨਾ ਤੁਸੀਂ ਸੇਮ ਮਸ਼ੀਨ ਤੇ ਕੰਮ ਕਰਦੇ ਪਏ ਜੇ ਚਾਹੇ ਕਟਿੰਗ ਆ ਪੈਟਰਨ ਮੇਕਿੰਗ ਆ ਸਵਿੰਗ ਦਾ ਕੰਮ ਆ ਲੇਕਿਨ ਸਭ ਤੋਂ ਪਹਿਲੀ ਤੁਹਾਡਾ ਕੰਮ ਹੈ ਸੇਫਟੀ ਗਾਈਡਲਾਈਨਸ ਵੀ ਬਹੁਤ ਇੰਪੋਰਟੈਂਟਸ ਆ ਜਦੋਂ ਵੀ ਆਪਾਂ ਕੋਈ ਕੰਮ ਕਰਦੇ ਆ ਚਾਹੀ ਉਹ ਕੋਈ ਵੀ ਆ ਆਪਾਂ ਮਤਲਬ ਜਿੱਥੇ ਸਾਡਾ ਮਤਲਬ ਲੱਗਦਾ ਕਿ ਸਾਨੂੰ ਮਤਲਬ ਇੱਥੇ ਡਸਟ ਆ ਇਥੇ ਥੋੜਾ ਇਲੈਕਟ੍ਰੀਕਲਸ ਦਾ ਕੰਮ ਆ ਸਾਨੂੰ 이어 ਕਵਰ ਕਰਨ ਵਾਸਤੇ 이어 ਪਲੱਗਸ ਹੋਣੇ ਚਾਹੀਦੇ ਆ ਮਾਸਕ ਅਵੇਲੇਬਲ ਹੋਣਾ ਚਾਹੀਦਾ ਜਿਵੇਂ ਤੁਸੀਂ ਅੱਜਕਾ ਨਾਰਮਲੀ ਕੋਵਿਡ ਦੇ ਵਿੱਚ ਦੇਖ ਰਹੇ ਜੇ ਕਿ ਮਾਸਕ ਕਾਫੀ ਕੁਆਂਟੀਟੀ ਦੇ ਵਿੱਚ ਸੇਲ ਵੀ ਹੋ ਰਿਹਾ ਮਾਸਕ ਪ੍ਰੋਡਕਸ਼ਨ ਤੇ ਬਣ ਵੀ ਰਿਹਾ ਆ ਔਰ ਇਹਨੂੰ ਮਾਸਕ ਪ੍ਰੋਡਕਸ਼ਨ ਤੇ ਸਿਰਫ ਜਸਟ ਬਣਾਉਣ ਦਾ ਕੰਮ ਨਹੀਂ ਜੋ ਵਰਕਰਸ ਕੰਮ ਕਰਦੇ ਪਏ ਬਣਾ ਰਹੇ ਉਹਨਾਂ ਨੂੰ ਇਹ ਪੈਣਨਾ ਜਾਂ ਵੇਅਰ ਵੀ ਕਰਨਾ ਪੈਣਾ ਆ ਹੈਂਡ ਗਲਵਸ ਐਸੈਕਟਰਾ ਜੁੱਥੇ ਤੁਹਾਡਾ ਥੋੜਾ ਸੇਫਟੀ ਦਾ ਹੋਰ ਕੰਮ ਆ ਉਥੇ ਤੁਸੀਂ ਹੈਂਡ ਗਲਵਸ ਵੀ ਯੂਜ਼ ਕਰੋਗੇ ਜਿਹੜਾ ਪ੍ਰੋਟੈਕਟ ਪ੍ਰੋਟੈਕਟ ਰਹਿਣਾ ਤੁਸੀਂ ਮੇਰ ਕੋਈ ਵੀ ਚੀਜ਼ ਵੇਅਰ ਕਰਨਾ ਹੈ ਉਹ ਪ੍ਰੋਟੈਕਟ ਵੇਅਰ ਕਰਨਾ ਹੈ ਮਤਲਬ ਜਿਹੜਾ ਤੁਸੀਂ ਕਿ ਚੀਜ਼ ਤੋਂ ਬਚਾ ਕੇ ਰੱਖੋ ਆਪਣੇ ਆਪ ਨੂੰ ਜਸਟ ਡਾਇਰੈਕਟ ਕੋਈ ਕੰਮ ਨਹੀਂ ਕਰਨਾ ਚਾਹੀਏ ਉਸ ਵੀ ਮਸ਼ੀਨ ਦੇ ਰਿਲੇਟਡ ਆ ਸਟਿਚਿੰਗ ਦੇ ਵਿੱਚ ਅਗਰ ਤੁਸੀਂ ਸਟਿਚਿੰਗ ਵਿੱਚ ਵੀ ਕਰ ਰਹੇ ਜੇ ਤਾਂ ਤੁਹਾਡੀ ਜਿਹੜੇ ਆ ਹੱਥਾਂ ਦੀ ਸੇਫਟੀ ਹੋਣੀ ਚਾਹੀਦੀ ਆ ਤੁਹਾਡੀ ਨੀਡਲ ਤੋਂ ਹੱਥ ਦੂਰ ਹੋਣਾ ਚਾਹੀਦਾ ਆ ਤਹਾਡੀ ਜਿਹੜੀ ਇਲੈਕਟ੍ਰੀਕਲ ਦਾ ਮਸ਼ੀਨ ਦੇ ਲਾਗੇ ਤੁਸੀਂ ਚੈੱਕ ਕਰਨੀ ਆ ਕਿ ਕੋਈ ਵਾਇਰ ਜਿਹੜੀ ਇਸ ਤਰ੍ਹਾਂ ਦੀ ਹੈ ਤਾਂ ਨਹੀਂ ਹੈ ਜਿਹੜੀ ਤੁਹਾਨੂੰ ਨੁਕਸਾਨ ਹੋ ਜੇ ਤੁਹਾਡੀ ਮਸ਼ੀਨ 'ਚ ਕੋਈ ਕਰੰਟ ਆ ਜੇ ਇਹ ਚੀਜ਼ ਨੂੰ ਤੁਸੀਂ ਖਾਸ ਧਿਆਨ ਰੱਖਣਾ ਹੈ ਪਲੱਗ ਮਾਸਕ ਜਿਹੜੇ ਇਹ ਤੁਹਾਡੇ ਅਵੇਲੇਬਲ ਹੋਣੇ ਚਾਹੀਦੇ ਆ ਮਾਸਕ ਪਾ ਕੇ ਤ ਨਹੀਂ ਕੰਮ ਕਰਨਾ ਆ ਠੀਕ ਹੈ ਇਹ ਮਤਲਬ ਤੁਹਾਡੀ ਇਹ ਸਾਡੀ ਸੇਫਟੀ ਆ ਨੈਵਰ ਯੂਜ਼ ਬੇਅਰ ਵਾਇਰਸ ਜਿਵੇਂ ਤੁਸੀਂ ਅ ਨਵੀਆਂ ਤਾਰਾਂ ਆ ਬਿਦਾਊਟ ਪਲੱਗ ਵਾਲੀਆਂ ਤਾਰਾਂ ਉਹਨੂੰ ਤੁਸੀਂ ਬਿਲਕੁਲ ਯੂਜ਼ ਨਹੀਂ ਕਰਨਾ ਅਗਰ ਹੈ ਤਾਂ ਜਿਹੜੇ ਹਰ ਇੱਕ ਪ੍ਰੋਡਕਸ਼ਨ ਦੇ ਵਿੱਚ ਜਿਵੇਂ ਤੁਹਾਡੀ ਕਟਿੰਗ ਆ ਟੇਲਵਿੰਗ ਆ ਚੈਕਿੰਗ ਆ ਪ੍ਰੋਡਕਸ਼ਨ ਆ ਪੈਟਰਨ ਮੇਂ ਉੱਤੇ ਹਰ ਇੱਕ ਇੱਕ ਹੈੱਡ ਹੁੰਦਾ ਆ ਜਿਹੜਾ ਕਿ ਉਸ ਚੀਜ਼ ਨੂੰ ਸਾਰਿਆਂ ਨੂੰ ਚੈੱਕ ਕਰਦਾ ਹੈ ਸਾਰਾ ਉਸ ਚੀਜ਼ ਨੂੰ ਦੇਖਦਾ ਹੈ ਇਹ ਵੀ ਤੁਸੀਂ ਇੱਥੇ ਤੁਹਾਡੀ ਵਾਇਰ ਜਿਹੜੀ ਆ ਕੋਈ ਤੁਹਾਨੂੰ ਲੱਗ ਰਿਹਾ ਹੈ ਕਿ ਪਲੱਗ ਤੋਂ ਬਿਨਾਂ ਸਾਨੂੰ ਇਹ ਵਾਲਾ ਯੂਜ਼ ਨਹੀਂ ਕਰਨੀ ਚਾਹੀਦੀ ਔਰ ਤੁਸੀਂ ਉਸ ਚੀਜ਼ ਨੂੰ ਕੀ ਕਰ ਸਕਦੇ ਉਹਨਾਂ ਨੂੰ ਕੰਪਲੇਂਟ ਕਰੋ ਔਰ ਉਹ ਤੁਹਾਡੀ ਕੰਪਲੇਂਟ ਨੂੰ ਸੋਨ ਨੇ ਕਿਉਂਕਿ ਬਿਕੋਸ ਉਹਨਾਂ ਦੀ ਰਿਸਪੌਂਸਿਬਿਲਟੀ ਆ ਇਹ ਚੀਜ਼ ਸਭ ਤੋਂ ਜ਼ਰੂਰੀ ਆ ਚਾਹੇ ਤੁਸੀਂ ਕਾਲਜ ਹੋਵੇ ਚਾਹੇ ਤੁਸੀਂ ਸਕੂਲ ਹੋ ਸਕੂਲ ਦੇ ਵਿੱਚ ਅਸੀਂ ਆ ਤੁਹਾਡੇ ਕੋਲ ਵਾਇਰਾਈਟੀ ਪ੍ਰੈਜੈਂਟ ਟੀਚਰਸ ਬੈਠੇ ਹੋਏ ਆ ਤੁਸੀਂ ਸਾਨੂੰ ਦੱਸਣਾ ਅਸੀਂ ਤੁਹਾਡੀ ਪ੍ਰੋਬਲਮ ਸੋਲਵ ਕਰਨੀ ਆ ਏਵੇਂ ਉੱਥੇ ਹਰ ਇੱਕ ਜਗ੍ਹਾ ਤੇ ਆਪੋ ਆਪਣਾ ਕੰਮ ਕਰਨ ਵਾਸਤੇ ਹਰ ਇੱਕ ਪਰਸਨ ਬੈਠਾ ਹੁੰਦਾ ਕਾਲਜ ਦੇ ਆ ਕਾਲਜ ਦਾ ਤਾਂ ਡੈਡਾ ਆ ਉਹ ਐਚਓਡੀ ਹੋਏਗਾ ਹੈਡ ਹੋਏਗਾ ਤੁਹਾਡਾ ਔਰ ਨੈਕਸਟ ਜਿਹੜੇ ਸੇਫਟੀ ਇਕਵਿਪਮੈਂਟਸ ਜਿਹੜੇ ਆ ਫਾਇਰ ਜਿਵੇਂ ਹੈਗੀ ਆ ਫਾਇਰਸ ਦੇ ਜਾਂ ਬਿਲਕੁਲ ਤੁਸੀਂ ਉਹਨੂੰ ਲਰਨ ਕਰਨਾ ਆ ਪ੍ਰੋਪਰ ਕਿ ਤੁਹਾਡੀ ਜਿਹੜੀ ਇਹ ਫਾਇਰ ਦੀ ਜੋ ਤੁਸੀਂ ਪਕਾਰ ਰਹੇ ਜੇ ਕੰਮ ਇਹ ਦੇਖੋ ਉਹਦੀ ਕੋਈ ਮਤਲਬ ਐਕਸਪਾਇਰੀ ਡੇਟ ਖਤਮ ਤਾਂ ਨਹੀਂ ਹੋਗੀ ਉਹਨੂੰ ਤੁਸੀਂ ਪ੍ਰੋਪਰ ਚੈੱਕ ਕਰਨਾ ਆ ਕਿ ਜੋ ਸਾਡਾ ਕੰਮ ਕਰ ਚੱਲਦਾ ਪਿਆ ਆ ਮਤਲਬ ਜੇ ਜਦੋਂ ਵਾਇਰਸ ਦੇ ਉੱਪਰ ਕੋਈ ਕੰਮ ਕਰਦੇ ਪਏ ਜੇ ਉਹ ਵੀ ਤੁਸੀਂ ਧਿਆਨ ਰੱਖਣਾ ਆ ਔਰ ਜੇ ਤੂੰ ਫਾਇਰ ਦਾ ਤੁਹਾਡੇ ਹਰ ਇੱਕ ਸਰਕਲ ਦੇ ਵਿੱਚ ਇੱਕ ਫਾਇਰ ਦਾ ਲੱਗਾ ਹੁੰਦਾ ਸੇਫਟੀ ਬੋਰਡਸ ਉਹਦੇ ਉੱਤੇ ਤੁਸੀਂ ਪੜਨਾ ਕਿ ਐਕਸਪਾਇਰੀ ਡੇਟ ਤਾਂ ਨਹੀਂ ਉਹ ਗੈਸ ਤੁਸੀਂ ਪ੍ਰੋਪਰ ਫਿਲ ਕਰवानी ਆ ਜਿੱਥੇ ਮਾਸ ਪ੍ਰੋਡਕਸ਼ਨ 'ਚ ਕੰਮ ਕਰ ਚੱਲਦਾ ਪਿਆ ਜਿਵੇਂ ਫੈਬਰਿਕ ਦਾ ਕੱਪੜੇ ਸਟੀਚਸ ਦਾ ਉੱਥੇ ਹੀ ਚੀਜ਼ अवेलेबल ਬਹੁਤ ਜ਼ਰੂਰੀ ਹੋਣੀ ਚਾਹੀਦੀ ਆ ਕਿਉਂਕਿ ਕੱਪੜਾ ਇੱਕ ਨਾਰਮਲ ਚੀਜ਼ ਆ ਪੇਪਰ ਹੋ ਗਿਆ ਕੱਪੜਾ ਹੋ ਗਿਆ ਇਹਨਾਂ ਨੂੰ ਫਾਇਰ ਜਿਹੜੀ ਉਹ ਜਲਦੀ ਅੱਗ ਫੜਦੀ ਆ ਇਸ ਕਰਕੇ ਤੁਸੀਂ ਉਸੇ ਸੇਫਟੀ ਵਾਸਤੇ ਕੀ ਕਰਨਾ ਆ ਉਹਦੀ ਇਕਵਿਪ ਪੈਨ ਨੂੰ ਫਿਲ ਕਦੋਂ ਕਰਾਉਣਾ ਇਹ ਨਾ ਨਾਰਮਲੀ ਹੋਵੇ ਕਿ ਉਹ 3-4 ਸਾਲ ਹੋ ਗਏ ਤੁਸੀਂ ਉਹਨੂੰ ਵੇਖਿਆ ਹੀ ਨਹੀਂ ਆ ਕਿ ਉਹ ਚੀਜ਼ ਵੈਸੇ ਪਈ ਹੋਈ ਆ ਉਹ ਬੇਕਾਰ ਆ ਉਸ ਤੋਂ ਬਾਅਦ ਨੈਕਸਟ ਇਹ ਆ ਕਿ ਜਦੋਂ ਵੀ ਤੁਸੀਂ ਕੋਈ ਕੰਮ ਕਰਦੇ ਚਾਹੀਏ ਉਹ ਮਸ਼ੀਨ ਦੇ ਲਾਗੇ ਕਰ ਰਹੇ ਤੇ ਚਾਹੇ ਤੁਹਾਡੇ ਸਾਹਮਣੇ ਫੈਬਰਿਕ ਬੰਦਾ ਪਿਆ ਚਾਹੀਏ ਦੀ ਕਟਿੰਗ ਕਰਦੇ ਪਏ ਲੂਸ ਫੈਬਰਿਕ ਪਾ ਕੇ ਤੁਸੀਂ ਕੋਈ ਕੰਮ ਨਹੀਂ ਕਰਨਾ ਜਿਹਦੇ ਨਾਲ ਤੁਹਾਨੂੰ ਕੋਈ ਨੁਕਸਾਨ ਹੋਵੇ ਲੂਸ ਫੈਬਰਿਕ ਹੋਏਗਾ ਤੁਹਾਡਾ ਮਸ਼ੀਨ ਦੇ ਵਿੱਚ ਵੀ ਤੁਹਾਡਾ ਜਲਦੀ ਕਵਰ ਹੋ ਜੇਗੀ ਉਹ ਚੀਜ਼ ਜਿਹਦੇ ਨਾਲ ਤੁਹਾਨੂੰ ਬਹੁਤ ਨੁਕਸਾਨ ਆਏਗਾ ਅਗਰ ਤੁਸੀਂ ਕਟਿੰਗ ਕਰਦੇ ਪਏ ਜੇ ਲੂਸ ਫੈਬਰਿਕ ਉਹ ਸਕਦਾ ਤੁਹਾਡੀ ਕਟਿੰਗ ਕਰਦੇ ਕਰਦਾ ਤੁਸੀਂ ਆਪਣਾ ਫੈਬਰਿਕ ਵੀ ਨਾਲ ਕਟਿੰਗ ਕਰ ਲੋ ਇਸ ਕਰਕੇ ਸਵੀਂਗ ਮਸ਼ੀਨ ਦੇ ਜਮੇ ਤੁਸੀਂ ਸਟਿਚ ਕਰਦੇ ਪਏ ਜੇ ਕੋਈ ਕੰਮ ਕਰਦੇ ਪਏ ਜੇ ਲਾਗੇ ਕੋਈ ਮਸ਼ੀਨ ਆ ਉਹਦੇ ਨਾਲ ਤੁਹਾਡਾ ਫੈਬਰਿਕ ਆੜ ਸਕਦਾ ਮਤਲਬ ਪ੍ਰੋਪਰ ਫਿਟ ਕਰਕੇ ਤੁਸੀਂ ਆਪਣੇ ਆਪ ਨੂੰ ਬਹਿਣਾ ਕਿਸੇ ਵੀ ਚੀਜ਼ ਦੇ ਉੱਪਰ ਕੋਈ ਵੀ ਕੰਮ ਕਰਦੇ ਪਏ ਜੀ ਔਰ ਇਹ ਸੇਫਟੀ ਗਾਈਡਲਾਈਨ ਸੀ ਔਰ ਥੈਂਕ ਯੂ ਸੋ ਮੱਚ ਮੇਰਾ ਇਹ ਤੁਹਾਡਾ ਇੱਕ ਹੈਗਾ ਸੀ ਆ ਤੁਹਾਡੇ ਫੀਡਬੈਕਸ ਸੀ ਜਿਹੜਾ ਡੋਮੇਨ ਦੇ ਉੱਪਰ ਸੀ ਸਵੀਂਗ ਮਸ਼ੀਨ ਆਪਰੇਟਰ ਦੇ ਉੱਪਰ ਮੇਰਾ ਅੱਜ ਦਾ ਸਾਰਾ ਕੰਮ ਸੀ ਥੈਂਕ ਯੂ ਸੋ ਮੱਚ